ਅਸੀਂ ਅਵੇਂ ਸ਼ੋਪ ਬੰਦ ਕਰਕੇ ਜੀ ਆ ਗਏ ਤੇ ਜੀ ਘਰ ਨੂੰ, ਉੱਥੇ ਹੀ ਇੱਕ ਗਰਦਨ ਜਿਹੜੀ ਡੋਰ ਫਸੀ ਜੀ, ਮੇਰੇ ਹੱਥ ਪਰ ਵੱਜੀ, ਮੈਂ ਹੱਥ ਮੂਹਰੇ ਕਰ ਲਿਆ ਜੀ, ਸਾਫ ਬਚਾ ਹੋ ਗਈ, ਮਤਲਬ ਗਰਦਨ 'ਤੇ ਜਾਲ ਲੱਗ ਗਈ, ਹੁਣ ਕਹਿੰਦੇ PA ਬੱਤੀ ਸੈਕਟਰੀ ਆ ਜਾਣਾ ਜੀ। ਕਿੱਥੋਂ ਆ ਰਹੇ ਸੀਗੇ, ਕਿੰਨੇ ਵਜੇ ਦਾ ਸਮਾਂ ਸੀਗਾ, ਕਿਆ ਕੰਮ ਕਰਦੇ? ਸਾਡੀ ਸ਼ੋਪ ਹੈ ਜੀ, ਅਸੀਂ ਸ਼ੋਪਰ ਰਿਪੇਅਰ ਕਰਦੇ ਜੀ, ਸਾਡੀ ਦੁਕਾਨ ਹੈ ਜੀ, ਅਸੀਂ ਇੱਥੇ ਆ ਰਹੇ 6:45 ਹੋਣੀ ਜੀ, ਇਸ ਟਾਈਮ 'ਤੇ ਆ ਰਹੇ ਜੀ। ਅੱਛਾ, ਘਰ ਕਿੱਥੇ ਆ? ਦੀਪਕ ਰਾਏ ਨਾਮ ਹੈ ਪੇਸ਼ੈਂਟ ਦਾ, ਇਹ 2-wheeler 'ਤੇ ਜਾ ਰਹੇ ਸੀ ਆਪਣੇ ਬੇਟੇ ਨਾਲ, ਅਤੇ ਰਸਤੇ ਜਾਂਦੇ ਜਾਂਦੇ ਕੋਈ ਡੋਰ ਕਹਿ ਰਿਹਾ ਲਟਕ ਰਹੀ ਸੀਗੀ, ਉਹ ਇਹਨਾਂ ਦੇ ਗਲੇ ਦੇ ਆਸ ਪਾਸ ਲਿਪਟ ਗਈ, ਉਹਦੇ ਕਰਕੇ ਇਹਨਾਂ ਦੇ ਗਰਦਨ 'ਤੇ ਕਾਫੀ ਵੱਡਾ ਕੱਟ ਆਇਆ, 16-17 ਸਟਿਚ ਲੱਗੇ ਆ, ਅਤੇ ਫਰਦਰ ਇਹਨਾਂ ਨੂੰ ਟ੍ਰੀਟਮੈਂਟ ਵਾਸਤੇ ਆਪਾਂ 32 ਰੈਫਰ ਕਰ ਰਹੇ ਹਾਂ, ਅਤੇ ਆਪਣੇ ਵੱਲੋਂ ਆਪਾਂ ਫਸਟ ਏਡ ਦੇ ਦਿੱਤੀ ਇਹਨਾਂ ਨੂੰ। ਅਸੀਂ ਅਵੇਂ ਸ਼ੋਪ ਬੰਦ ਕਰਕੇ ਜੀ ਆ ਰਹੇ ਤੇ ਜੀ ਘਰ ਨੂੰ, ਉੱਥੇ ਹੀ ਇੱਕ ਗਰਦਨ ਜਿਹੜੀ ਡੋਰ ਫਸੀ ਜੀ, ਮੇਰੇ ਹੱਥ ਪਰ ਵੱਜੀ, ਮੈਂ ਹੱਥ ਮੂਹਰੇ ਕਰ ਲਿਆ ਜੀ, ਸਾਫ ਬਚਾ ਹੋ ਗਈ, ਮਤਲਬ ਗਰਦਨ 'ਤੇ ਜਾਲ ਲੱਗ ਗਈ, ਹੁਣ ਕਹਿੰਦੇ PA ਬੱਤੀ ਸੈਕਟਰੀ ਆ ਜਾਣਾ ਜੀ। ਕਿੱਥੋਂ ਆ ਰਹੇ ਸੀਗੇ, ਕਿੰਨੇ ਵਜੇ ਦਾ ਸਮਾਂ ਸੀਗਾ, ਕਿਆ ਕੰਮ ਕਰਦੇ? ਸਾਡੀ ਸ਼ੋਪ ਹੈ ਜੀ, ਅਸੀਂ ਸ਼ੋਪਰ ਰਿਪੇਅਰ ਕਰਦੇ ਜੀ, ਸਾਡੀ ਦੁਕਾਨ ਹੈ ਜੀ, ਅਸੀਂ ਇੱਥੇ ਆ ਰਹੇ 6:45 ਹੋਣੀ ਜੀ, ਇਸ ਟਾਈਮ 'ਤੇ ਆ ਰਹੇ ਜੀ। ਅੱਛਾ, ਘਰ ਕਿੱਥੇ ਆ? ਦੀਪਕ ਰਾਏ ਨਾਮ ਹੈ ਪੇਸ਼ੈਂਟ ਦਾ, ਇਹ 2-wheeler 'ਤੇ ਜਾ ਰਹੇ ਸੀ ਆਪਣੇ ਬੇਟੇ ਨਾਲ, ਅਤੇ ਰਸਤੇ ਜਾਂਦੇ ਜਾਂਦੇ ਕੋਈ ਡੋਰ ਕਹਿ ਰਿਹਾ ਲਟਕ ਰਹੀ ਸੀਗੀ, ਉਹ ਇਹਨਾਂ ਦੇ ਗਲੇ ਦੇ ਆਸ ਪਾਸ ਲਿਪਟ ਗਈ, ਉਹਦੇ ਕਰਕੇ ਇਹਨਾਂ ਦੇ ਗਰਦਨ 'ਤੇ ਕਾਫੀ ਵੱਡਾ ਕੱਟ ਆਇਆ, 16-17 ਸਟਿਚ ਲੱਗੇ ਆ, ਅਤੇ ਫਰਦਰ ਇਹਨਾਂ ਨੂੰ ਟ੍ਰੀਟਮੈਂਟ ਵਾਸਤੇ ਆਪਾਂ 32 ਰੈਫਰ ਕਰ ਰਹੇ ਹਾਂ, ਅਤੇ ਆਪਣੇ ਵੱਲੋਂ ਆਪਾਂ ਫਸਟ ਏਡ ਦੇ ਦਿੱਤੀ ਇਹਨਾਂ ਨੂੰ। ਅਸੀਂ ਅਵੇਂ ਸ਼ੋਪ ਬੰਦ ਕਰਕੇ ਜੀ ਆ ਰਹੇ ਤੇ ਜੀ ਘਰ ਨੂੰ, ਉੱਥੇ ਹੀ ਇੱਕ ਗਰਦਨ ਜਿਹੜੀ ਡੋਰ ਫਸੀ ਜੀ, ਮੇਰੇ ਹੱਥ ਪਰ ਵੱਜੀ, ਮੈਂ ਹੱਥ ਮੂਹਰੇ ਕਰ ਲਿਆ ਜੀ, ਸਾਫ ਬਚਾ ਹੋ ਗਈ, ਮਤਲਬ ਗਰਦਨ 'ਤੇ ਜਾਲ ਲੱਗ ਗਈ, ਹੁਣ ਕਹਿੰਦੇ PA ਬੱਤੀ ਸੈਕਟਰੀ ਆ ਜਾਣਾ ਜੀ। ਕਿੱਥੋਂ ਆ ਰਹੇ ਸੀਗੇ, ਕਿੰਨੇ ਵਜੇ ਦਾ ਸਮਾਂ ਸੀਗਾ, ਕਿਆ ਕੰਮ ਕਰਦੇ? ਸਾਡੀ ਸ਼ੋਪ ਹੈ ਜੀ, ਅਸੀਂ ਸ਼ੋਪਰ ਰਿਪੇਅਰ ਕਰਦੇ ਜੀ, ਸਾਡੀ ਦੁਕਾਨ ਹੈ ਜੀ, ਅਸੀਂ ਇੱਥੇ ਆ ਰਹੇ 6:45 ਹੋਣੀ ਜੀ, ਇਸ ਟਾਈਮ 'ਤੇ ਆ ਰਹੇ ਜੀ। ਅੱਛਾ, ਘਰ ਕਿੱਥੇ ਆ? ਦੀਪਕ ਰਾਏ ਨਾਮ ਹੈ ਪੇਸ਼ੈਂਟ ਦਾ, ਇਹ 2-wheeler 'ਤੇ ਜਾ ਰਹੇ ਸੀ ਆਪਣੇ ਬੇਟੇ ਨਾਲ, ਅਤੇ ਰਸਤੇ ਜਾਂਦੇ ਜਾਂਦੇ ਕੋਈ ਡੋਰ ਕਹਿ ਰਿਹਾ ਲਟਕ ਰਹੀ ਸੀਗੀ, ਉਹ ਇਹਨਾਂ ਦੇ ਗਲੇ ਦੇ ਆਸ ਪਾਸ ਲਿਪਟ ਗਈ, ਉਹਦੇ ਕਰਕੇ ਇਹਨਾਂ ਦੇ ਗਰਦਨ 'ਤੇ ਕਾਫੀ ਵੱਡਾ ਕੱਟ ਆਇਆ, 16-17 ਸਟਿਚ ਲੱਗੇ ਆ, ਅਤੇ ਫਰਦਰ ਇਹਨਾਂ ਨੂੰ ਟ੍ਰੀਟਮੈਂਟ ਵਾਸਤੇ ਆਪਾਂ 32 ਰੈਫਰ ਕਰ ਰਹੇ ਹਾਂ, ਅਤੇ ਆਪਣੇ ਵੱਲੋਂ ਆਪਾਂ ਫਸਟ ਏਡ ਦੇ ਦਿੱਤੀ ਇਹਨਾਂ ਨੂੰ। ਅਸੀਂ ਅਵੇਂ ਸ਼ੋਪ ਬੰਦ ਕਰਕੇ ਜੀ ਆ ਰਹੇ ਤੇ ਜੀ ਘਰ ਨੂੰ, ਉੱਥੇ ਹੀ ਇੱਕ ਗਰਦਨ ਜਿਹੜੀ ਡੋਰ ਫਸੀ ਜੀ, ਮੇਰੇ ਹੱਥ ਪਰ ਵੱਜੀ, ਮੈਂ ਹੱਥ ਮੂਹਰੇ ਕਰ ਲਿਆ ਜੀ, ਸਾਫ ਬਚਾ ਹੋ ਗਈ, ਮਤਲਬ ਗਰਦਨ 'ਤੇ ਜਾਲ ਲੱਗ ਗਈ, ਹੁਣ ਕਹਿੰਦੇ PA ਬੱਤੀ ਸੈਕਟਰੀ ਆ ਜਾਣਾ ਜੀ। ਕਿੱਥੋਂ ਆ ਰਹੇ ਸੀਗੇ, ਕਿੰਨੇ ਵਜੇ ਦਾ ਸਮਾਂ ਸੀਗਾ, ਕਿਆ ਕੰਮ ਕਰਦੇ? ਸਾਡੀ ਸ਼ੋਪ ਹੈ ਜੀ, ਅਸੀਂ ਸ਼ੋਪਰ ਰਿਪੇਅਰ ਕਰਦੇ ਜੀ, ਸਾਡੀ ਦੁਕਾਨ ਹੈ ਜੀ, ਅਸੀਂ ਇੱਥੇ ਆ ਰਹੇ 6:45 ਹੋਣੀ ਜੀ, ਇਸ ਟਾਈਮ 'ਤੇ ਆ ਰਹੇ ਜੀ। ਅੱਛਾ, ਘਰ ਕਿੱਥੇ ਆ? ਦੀਪਕ ਰਾਏ ਨਾਮ ਹੈ ਪੇਸ਼ੈਂਟ ਦਾ, ਇਹ 2-wheeler 'ਤੇ ਜਾ ਰਹੇ ਸੀ ਆਪਣੇ ਬੇਟੇ ਨਾਲ, ਅਤੇ ਰਸਤੇ ਜਾਂਦੇ ਜਾਂਦੇ ਕੋਈ ਡੋਰ ਕਹਿ ਰਿਹਾ ਲਟਕ ਰਹੀ ਸੀਗੀ, ਉਹ ਇਹਨਾਂ ਦੇ ਗਲੇ ਦੇ ਆਸ ਪਾਸ ਲਿਪਟ ਗਈ, ਉਹਦੇ ਕਰਕੇ ਇਹਨਾਂ ਦੇ ਗਰਦਨ 'ਤੇ ਕਾਫੀ ਵੱਡਾ ਕੱਟ ਆਇਆ, 16-17 ਸਟਿਚ ਲੱਗੇ ਆ, ਅਤੇ ਫਰਦਰ ਇਹਨਾਂ ਨੂੰ ਟ੍ਰੀਟਮੈਂਟ ਵਾਸਤੇ ਆਪਾਂ 32 ਰੈਫਰ ਕਰ ਰਹੇ ਹਾਂ, ਅਤੇ ਆਪਣੇ ਵੱਲੋਂ ਆਪਾਂ ਫਸਟ ਏਡ ਦੇ ਦਿੱਤੀ ਇਹਨਾਂ ਨੂੰ।